ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਅੰਜ ਹੁਣ ਦੇ ਪਹਿਲੇ ਵੱਡੇ ਖਬਰ ਦੇ ਵੱਲ ਦਰਬਾਰ ਸਾਹਿਬ ਜਾਰੀ ਯਾਤਰੀਆਂ ਦੇ ਨਾਲ ਪਰਿਵਸ ਦੇ ਨਾਲ ਵਾਪਰਿਆ ਦਰਦਨਾਕ ਹਰਸਾ ਦੋ ਦੇ ਮੌਤ ਤੱਕ ਕਈ ਜ਼ਖਮੀ ਅੱਜ ਸਵੇਰੇ ਤੜਕੇ 5:30 ਵਜੇ ਸਮਰਾਲਾ ਦੇ ਨੇੜਲੇ ਪਿੰਡ ਰੋਲੀਆਂ ਦੇ ਕੋਲ ਇੱਕ ਦਰਦਨਾਕ ਵੱਡਾ ਹਰਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਇੱਕ ਟੂਰਿਸਟਾਂ ਬਾਸਾ ਸੜਕ ਦੇ ਵਿਚਾਲੇ ਖੜੇ ਟਰਾਲੇ ਦੇ ਨਾਲ ਵੱਜੇ ਜਿਸ ਕਰਕੇ ਇਹ ਦਰਦਨਾਕ ਹਰਸਾ ਵਾਪਰ ਗਿਆ ਇਸ ਵਿੱਚ ਦਰਜਨ ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਅਤੇ ਦੋ ਯਾਤਰੀਆਂ ਦੇ ਮੌਤ ਹੋ ਗਿਆ ਮਰਨ ਵਾਲੀਆਂ ਦੋਵੇਂ ਔਰਤਾਂ ਸਨ ਜ਼ਖਮਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਐਂਬੂਲੈਂਸ ਦੇ ਰਾਹੀਂ ਭੇਜਿਆ ਗਿਆ ਪ੍ਰਾਪਤ ਜਾਣਕਾਰ ਦੇ ਅਨੁਸਾਰ 8 ਮਈ ਨੂੰ ਇੱਕ ਮਹੀਨੇ ਦੇ ਲਈ ਅੰਦੌਰ ਤੋਂ ਕਰੀਬ 50 ਤੋਂ 60 ਯਾਤਰੀਆਂ ਨੇ ਧਾਰਮਿਕ ਯਾਤਰਾ ਸ਼ੁਰੂ ਕੀਤੀ ਇਸ ਇਹਨਾਂ ਯਾਤਰੀਆਂ ਨੂੰ ਲੈ ਕੇ ਟੂਰਿਸਟ ਬੱਸ ਹਰੇਦਵਾਰ ਤੋਂ ਅੰਮ੍ਰਿਤਸਰ ਜਾ ਰਹੀ ਸੀ ਤਾਂ ਉਸ ਵੇਲੇ ਸਮਰਾਲਾ ਦੇ ਨੇੜਲੇ ਪਿੰਡ ਰੌਲੀਆਂ ਦੇ ਕੋਲ ਹੈ ਕਰੀਬ 5:30 ਵਜੇ ਸਵੇਰੇ ਸੜਕ ਤੇ ਖੜੇ ਟਰਾਲੇ ਦੇ ਪਿਛਲੇ ਪਾਸੇ ਦੇ ਨਾਲ ਟੂਰਿਸਟ ਬੱਸ ਦੇ ਭਿਆਨਕ ਟੱਕਰ ਹੋ ਗਈ ਅਗਲੀ ਖਬਰ ਅੱਜ ਇੱਕ ਕਿਸਾਨ ਅੰਦੋਲਨ ਨੂੰ 100 ਦਿਨ ਹੋਏ ਪੂਰੇ ਬਾਰਡਰ ਤੇ ਹੋਵੇਗਾ ਵੱਡਾ ਇਕੱਠ ਹੁਣਗੀਆਂ ਵੱਡੀਆਂ ਕਿਸਾਨ ਕਾਨਫਰੰਸਾਂ ਸੰਜਗਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰਾ ਮੋਰਚਾ ਸ਼ਿੰਗਾਰਸ਼ ਕਮੇਟੀ ਦੇ ਸੱਦੇ ਤੇ ਸ਼ੰਭੂ ਬੈਰੀਅਰ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਵੱਲੋਂ 90 ਦਿਨਾਂ ਤੋਂ ਅੰਦੋਲਨ ਚਲਾਇਆ ਜਾ ਰਿਹਾ ਤੇ ਅੱਜ ਆ ਅੰਦੋਲਨ ਨੂੰ 100 ਦਿਨ ਪੂਰੇ ਹੋ ਗਏ ਹਨ ਤੇ ਸੋਦਣੇ ਪੂਰੇ ਹੋਣ ਤੇ ਵੱਡੀ ਮਾਤਰਾ ਦੇ ਵੈਚਾ ਇਕੱਠ ਕੀਤਾ ਜਾਵੇਗਾ ਕਿਸਾਨ ਅੰਦੋਲਨ ਦੇ ਸੋਦਣੇ ਪੂਰੇ ਹੋਣ ਤੇ ਸ਼ੰਭੂ ਬਾਡਰ ਖਨੋਰੀ ਡੱਬ ਵਾਲੀਆ ਤੇ ਰਤਨਪੁਰਾ ਵਿਖੇ ਵੱਡੀਆਂ ਕਿਸਾਨ ਕਾਨਫਰੰਸਾਂ ਕੀਤੀਆਂ ਜਾਣਗੀਆਂ ਇਸ ਨੂੰ ਲੈ ਕੇ ਕਿਸਾਨਾਂ ਨੇ ਪੂਰੀਆਂ ਤਿਆਰੀਆਂ ਕੀਤੀਆਂ ਹਨ ਤੇ ਇੱਥੇ ਤੱਕ ਦੇਸ਼ ਭਰ ਤੋਂ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਦੇ ਲਈ ਰਿਹائش ਅਤੇ ਲੰਗਰ ਦੇ ਪ੍ਰਬੰਧ ਦਾ ਮੁਕੰਮਲ ਕਰ ਲਿਆ ਗਿਆ ਨੂੰ ਦੱਸ ਰਿਹਾ ਕਿ ਕਿਸਾਨ 13 ਫਰਵਰੀ ਤੋਂ ਆਪਣੀ ਬਾਕੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਧਰਨੇ ਤੇ ਬੈਠਿਆ ਹਨ ਜੈਸਰ ਦਰਨ ਕਈ ਕਿਸਾਨਾਂ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਕਈਆਂ ਨੇ ਸੱਟਾਂ ਗੋਲੀਆਂ ਖਾਧੀਆਂ ਤਾਂ ਇਹ ਕਈ ਕਿਸਾਨ ਆਪਣੀ ਜਾਨ ਕੋ ਜਾਨ ਵੀ ਗਵਾ ਬੈਠੇ ਹਾਲੇ ਤੱਕ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਸਾਨਾਂ ਨੇ ਵੀ ਪੂਰੀ ਅੜੀ ਕੀਤੀ ਹੋਈ ਆ ਹਾਲਾਂਕਿ ਇਹ ਗਰਮੀ ਆਂਦੋਲਨ ਸਰਦੀ ਤੋਂ ਗਰਮੀ ਤੱਕ ਪਹੁੰਚ ਗਿਆ ਪਰ ਕਿਸਾਨਾਂ ਦੇ ਹੌਂਸਲੇ ਘਟ ਨਹੀਂ ਹੋਏ ਹਨ ਉਤੇ ਅੱਜ ਆ ਕਿਸਾਨਾਂ ਨੇ 100 ਦਿਨ ਪੂਰੇ ਹੋਣ ਤੇ ਵੱਡਾ ਪ੍ਰੋਗਰਾਮ ਲਿਖਿਆ ਹੋਇਆ ਹੈ ਵੱਡੀਆਂ-ਵੱਡੀਆਂ ਕਾਨਫਰੰਸ ਆਉਣਗੀਆਂ ਤੇ ਆਪਣੀਆਂ ਮੰਗਾਂ ਦੇ ਲਈ ਆਵਾਜ਼ ਬੁਲੰਦ ਕੀਤੀ ਜਾਵਗੀ ਜਿਸ ਕਰ ਜੁਗਾ ਕਿ ਪਿਛਲੇ ਦਿਨੀ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਨੇ ਤਾਂ ਇਹ ਵੀ ਕਬੂਲ ਕਰ ਲਿਆ ਕਿ ਜਿਹੜੀਆਂ ਕਿਸਾਨਾਂ ਤੇ ਗੋਲੀਆਂ ਚੱਲੀਆਂ ਸਨ ਉਹ ਉਹਦੀ ਜ਼ਿੰਮੇਵਾਰੀ ਲੈਂਦੇ ਹਨ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਔਰ ਤਾਂ ਲਈ ਵੱਡੀ ਖੁਸ਼ਖਬਰੀ ਮਾਨ ਸਰਕਾਰ ਦੇਣ ਜਾ ਰਹੀ ਆ 1-1000 ਰੁਪਏ ਡਾਕਟਰ ਗੁਰਪ੍ਰੀਤ ਕਰਨਕਰਤਾ ਵੱਡਾ ਐਲਾਨ ਔਰਤਾਂ ਨੂੰ ਜਲਦੀ ਮਾਨ ਸਰਕਾਰ ਦੇ ਵੱਲੋਂ 1-1000 ਰੁਪਏ ਮਹੀਨਾ ਦੇਣਾ ਸ਼ੁਰੂ ਕੀਤਾ ਜਾ ਰਿਹਾ ਇਹ ਐਲਾਨ ਸੀਮਾ ਭਗਵੰਤ ਮਾਨ ਦੇ ਪਤਨੀ ਡਾਕਟਰ ਗੌਰਪ੍ਰੀਤ ਕੌਰ ਨੇ ਸੰਗਰੂਰ ਦੇ ਬੈਚਾ ਮੀਤ ਅਹਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਕੀਤਾ ਉਹਨਾਂ ਨੇ ਕਹਿ ਕੇ ਮਾਨ ਸਰਕਾਰ ਆਪਣੇ ਸਾਰੇ ਵਾਅਦੇ ਪੂਰੇ ਕਰੇਗੀ ਚੋਣਾਂ ਤੋਂ ਬਾਅਦ ਜਲਦੀ ਔਰਤਾਂ ਨੂੰ 1-1000 ਰੁਪਏ ਮਹੀਨਾ ਦਿੱਤਾ ਜਾਵੇਗਾ ਮਾਨ ਸਰਕਾਰ ਨੇ ਐਸਾ ਸਬੰਧਿਤ ਜੋਇਨਾ ਤੇ ਬਜਟਾ ਤਿਆਰ ਕਰ ਲਿਆ ਉਹਨਾਂ ਨੇ ਕਹਿ ਕੇ ਜਿਵੇਂ ਮਾਨ ਸਰਕਾਰ ਨੇ 600 ਜੁਨਾਟਾ ਫਰੀ ਬੀਲੀ ਦਾ ਵਾਅਦਾ ਪੂਰਾ ਕੀਤਾ ਤੇ ਉਮੀਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਪੂਰਾ ਕਰੇਗੀ ਉਹ ਤੂਰੀ ਵਿੱਚ ਉਮੀਦ ਹੇਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਆਏ ਸਨ ਜੈਸਦ ਰਣ ਉਹਨਾਂ ਨੇ ਇਹ ਐਲਾਨ ਕੀਤਾ ਉਹਨਾਂ ਦਾ ਕਹਿਣ ਕਿ ਮਾਨ ਸਰਕਾਰ ਆਪਣਾ ਇੱਕ ਇੱਕ ਵਾਅਦਾ ਪੂਰਾ ਕਰੇਗੀ ਸਰਕਾਰ ਨੂੰ ਥੋੜਾ ਸਮਾਂ ਲੱਗੇਗਾ ਪਰ ਵਾਦਾ ਇੱਕ ਇੱਕ ਪੂਰਾ ਕੀਤਾ ਜਾਵੇਗਾ ਉਹਨਾਂ ਨੇ ਕਹਿ ਕੇ ਸਰਕਾਰ ਤੁਹਾਨੂੰ ਗਰੰਟਾ ਤੋਂ ਪੈਠਾ ਨਹੀਂ ਦਿਖਾਵੇਗੀ ਤੁਸੀਂ ਵੋਟਾਂ ਦੇਣ ਲੱਗੇ ਪੈਠਾ ਨਾ ਦਿਖਾਓ ਮੋਦੀ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਭਖੀ ਸਿਆਸਤ ਬਿਹਾਰੀਆਂ ਵੱਲੇ ਬਿਆਨ ਦਾ ਆਇਆ ਜਵਾਬ ਪਟਿਆਲਾ ਦੇ ਵਿੱਚ ਹੈ ਐਸ ਜੀਐਫ ਦੀ ਸਰਗਰਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੇ ਵਿੱਚ ਚੋਣ ਦੌਰੇ ਤੋਂ ਪਹਿਲਾਂ ਸਿਆਸਤ ਆਪਾਖ ਦੇ ਹੋਈ ਨਜ਼ਰ ਆ ਰਹੀ ਹੈ ਸੰਯੁਕਤ ਕਿਸਾਨ ਮੋਰਚਾ ਪ੍ਰਧਾਨ ਮੰਤਰੀ ਦੀਆਂ ਅਰੇ ਲੰਗਾਰ ਦਰਨ ਕਾਪਲਿਆਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਸਵਾਲ ਪੁੱਛਣ ਦੇ ਲਈ ਮਾਰਚ ਦਾ ਐਲਾਨ ਪਹਿਲਾਂ ਹੀ ਕਰ ਚੁੱਕਿਆ ਹਨ ਹੁਣ ਭਾਰਤ ਵਿੱਚ ਪਬੰਦੀ ਸ਼ੁਦਾ ਜੱਥੇਬੰਦੀ ਸਿਕਸ ਫੋਰਜਾਸਟਸ ਦੇ ਆਗੂ ਗੌਰਪਤਵੰਤ ਸੰਗਪੰਨੂ ਨੇ ਵੀਡੀਓ ਜਾਰੀ ਕਰਕੇ ਪਟਿਆਲਾ ਵਿੱਚ ਸਰਗਰਮੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ ਦੂਜੇ ਪਾਸੇ ਕਾਂਗਰਸ ਯਾਗੂ ਸੁਖਪਾਲ ਕਹਿਰਾ ਦੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਬਸੋਂ ਦੇ ਲਈ ਹਿਮਾਚਲ ਦੇ ਤਰਜ ਉਤੇ ਕਾਨੂੰਨ ਦੇ ਵਕਾਲਤ ਵਾਲੇ ਬਿਆਨ ਦਾ ਪ੍ਰਧਾਨ ਮੰਤਰੀ ਵੱਲੋਂ ਨੋਟਿਸ ਲੈ ਜਾਣ ਦੇ ਉੱਤੇ ਐਸ ਉਤੇ ਬਹਿਸ ਹੋਰ ਵੀ ਅੱਗੇ ਵੱਧ ਗਈ ਆ ਸੁਖਪਾਲ ਖਹਿਰਾ ਕਾਂਗਰਸ ਦੇ ਕਿਸਾਨ ਬੈਂਕ ਦੇ ਕੌਮੀ ਆਗੂਆਂ ਤੇ ਸੰਗਰੂਰ ਆ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਅਮੀਰਬਾਰਨ ਪ੍ਰਧਾਨ ਮੰਤਰੀ ਵੱਲੋਂ ਸੁਖਪਾਲ ਖਹਿਰਾ ਦੇ ਬਿਆਨ ਨੂੰ ਬਿਹਾਰੀਆਂ ਦੇ ਨਾਲ ਜੋੜਨ ਤੋਂ ਬਾਅਦ ਖੈਰਾ ਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਦੇ ਉੱਤੇ ਨਫਰਤ ਦੇ ਬਿਆਨ ਦੇਣ ਦੇ ਇਲਜ਼ਾਮ ਲਾਏ ਹਨ ਮੋਦੀ ਦਾ ਬਿਆਨ ਤੇ ਖੈਰਾ ਦੇ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਕੱਲ੍ਹ ਬਿਹਾਰ ਦੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਸੁਖਪਾਲ ਖੈਰਾ ਦੇ ਗੈਰ ਪੰਜਾਬੀਆਂ ਬਾਰੇ ਬਿਆਨ ਬਾਰੇ ਤਿੱਖਾ ਪ੍ਰਤੀਕਰਮ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਕਾਂਗਰਸ ਦੇ ਆਗੂ ਕਹਿੰਦੇ ਹਨ ਕਿ ਬਿਹਾਰ ਦੇ ਲੋਕਾਂ ਦਾ ਪੰਜਾਬ ਦੇ ਵਿੱਚ ਬਾਈਕਾਟ ਕਰਨਾ ਚਾਹੀਦਾ ਉਹ ਕਹਿੰਦੇ ਹਨ ਕਿ ਬਿਹਾਰ ਦੇ ਲੋਕਾਂ ਨੂੰ ਨਾ ਪੰਜਾਬ ਦੇ ਵਿੱਚ ਕਾਰ ਕਰੀਦਣਾ ਦੇਣਾ ਚਾਹੀਦਾ ਤੇ ਨਾ ਹੀ ਬਿਹਾਰੀਆਂ ਨੂੰ ਕੋਈ ਅਧਿਕਾਰ ਦੇਣਾ ਚਾਹੀਦਾ ਬਿਹਾਰ ਦੇ ਲੋਕਾਂ ਦੇ ਲਈ ਇੰਨੀ ਨਫਰਾਤਾ ਇਹਨਾਂ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਪਰਯੋਇਆ ਹੁਣ ਖਹਿਰਾਨੇ ਇੱਕ ਹੋਰ ਆ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਦਾ ਜਵਾਬ ਦਿੱਤਾ ਖਹਿਰਾਨੇ ਦਾ ਕਹਿਣਾ ਹੈ ਕਿ ਮੈਂ ਕਦੇ ਵੀ ਬਿਹਾਰੀ ਸ਼ਬਦ ਦੀ ਵਰਤੋਂ ਨਹੀਂ ਕੀਤੀ ਅਤੇ ਜੇ ਗੈਰ ਪੰਜਾਬੀ ਪੰਜਾਬ ਦੇ ਵਿੱਚ ਆਉਣਾ ਚਾਹੁੰਦੇ ਹਨ ਤੇ ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਹਨ ਤੇ ਪੈਸੇ ਕਮਾਉਣਾ ਚਾਹੁੰਦੇ ਹਨ ਤਾਂ ਉਹਨਾਂ ਦਾ ਸੁਆਗਤ ਹੈ ਕਹਿਰਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਨੇ ਕਦੇ ਨਹੀਂ ਕਿਹਾ ਕਿ ਅਸੀਂ ਉਹਨਾਂ ਦਾ ਬਾਈਕਾਟ ਕਰਦੇ ਹਾਂ ਹਾਂ ਜੇ ਉਹ ਇੱਥੇ ਆ ਕੇ ਪੱਕੇ ਤੌਰ ਤੇ বাসਣਾ ਚਾਹੁੰਦੇ ਹਨ ਤਾਂ ਜਿਵੇਂ ਹਿਮਾਚਲ ਦੇ ਵਿੱਚ ਕਾਨੂੰਨ ਹੈ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਕੋਈ ਜੇ ਸ਼ਰਤਾਂ ਪੂਰੀਆਂ ਕਰਕੇ বাস ਸਕਦੇ ਹਨ ਪਾਰਾ ਜਾਵੇਗਾ 50 ਤੋਂ ਪਾਰ 5 ਦਿਨ ਤੱਕ ਸਮਾਨ ਤੋਂ ਬਰੇ ਗਿਆ ਗਰਮ ਮੌਸਮਾਂ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ ਦੇਦੇ ਇੱਕ ਵੱਡੇ ਹਿੱਸੇ ਵਿੱਚ ਆ ਮੰਗਲਵਾਰ ਨੂੰ ਲਗਾਤਾਰ ਪੰਜਵੇਂ ਦਿਨ ਕੜਾਕ ਦੀ ਗਰਮੀ ਨੇ ਲੋਕਾਂ ਦੇ ਵਟ ਕੱਢ ਦਿੱਤੇ ਅਤੇ ਨਾਲ ਲੋਕਾਂ ਦੀ ਸਿਹਤ ਅਤੇ ਰੋਜੀ ਰੋਟੀ ਪ੍ਰਭਾਵਿਤ ਹੋਈ ਇਸ ਦਰਾਂ ਅਗਲੇ 5 ਦਿਨਾਂ ਦੇ ਦੌਰਾਨ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਉੱਤਰ ਪ੍ਰਦੇਸ਼ ਗੁਜਰਾਤ ਅਤੇ ਉੱਤਰ ਪੱਛਮੀ ਮਾਧਾ ਪਰਦੇ ਦੇ ਵਿੱਚ ਗਰਮੀ ਤੋਂ ਰਾਹਤ ਮੈਣ ਦੀ ਕੋਈ ਵੀ ਉਮੀਦ ਨਹੀਂ ਹੈ ਆਈਐਮਡੀ ਨੇ ਕਹਿ ਕੇ ਕਈ ਥਾਵਾਂ ਤੇ ਪਾਰਾ 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟਾ ਤਾਪਮਾਨ ਦੇ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਹੋ ਸਕਦਾ ਹੈ ਜਾਇਦ ਵਿੱਚ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਈ ਥਾਵਾਂ ਤੇ ਪਾਰਾ 50 ਡਿਗਰੀ ਸੈਲਸੀਅਸ ਤੋਂ ਪਾਰ ਹੋਣ ਦੀ ਸੰਭਾਵਨਾ ਹੈ CBSE ਨੇ ਬਦਲਿਆ ਪ੍ਰੀਖਿਆ ਪੈਟਰਨ ਵਿਦਿਆਰਥੀਆਂ ਨੂੰ ਚੁਣੌਤੀਆਂ ਦਾ ਕਰਨਾ ਪਵੇਗਾ ਸਾਹਮਣਾ ਹੁਣ ਰੱਟੇ ਨਹੀਂ ਆਉਣਗੇ ਕੰਮ ਵਿਦਿਆਰਥੀਆਂ ਨੂੰ ਅਗਲੇ ਸਾਲ ਪ੍ਰੀਖਿਆ ਦੇ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਦੱਸਦੇ ਕਿ CBSE ਨੇ ਬੋਰਡ ਦੀ ਪ੍ਰੀਖਿਆ ਦੇ ਵਿੱਚ ਕਈ ਬਦਲਾਅ ਕੀਤੇ ਹਨ ਜੋ ਕਿ ਸਾਲ 2025 ਤੋਂ ਲਾਗੂ ਕੀਤੇ ਜਾਣਗੇ ਜਾਣਕਾਰ ਦੇ ਮੁਤਾਬਕ ਇਹ ਬਦਲਾ ਸਵਾਲਾਂ ਦੇ ਫਾਰਮੈਟ ਤੋਂ ਮੁਲਾਂਕਣ ਪ੍ਰੀਖਿਆ ਤੱਕ ਕੀਤਾ ਗਿਆ ਜਿਸ ਦੇ ਚੱਲਦੇ CBSE ਬੋਰਡਾ 11ਵੀਂ ਅਤੇ 12ਵੀਂ ਦੇ ਫਾਈਨਲ ਨਤੀਜੇ ਵਿੱਚ ਹਰੇਕ ਵਿਸ਼ੇ ਦੇ ਕੁੱਲ 100 ਅੰਕ ਤੋਂ ਕਟਾ ਕੇ 80% ਤੱਕ ਕਰ ਦਿੱਤੇ ਗਿਆ ਹਨ ਹੁਣ ਵਿਦਿਆਰਥੀਆਂ ਨੂੰ ਮੁਲਾਂਕਣ ਪ੍ਰੈਕਟੀਕਲ ਪ੍ਰੀਖਿਆ ਤੇ ਪ੍ਰੋਜੈਕਟ ਆਫ ਵਰਕ ਦੇ ਆਧਾਰ ਤੇ 20% ਅੰਕ ਦਿੱਤੇ ਜਾਣਗੇ ਵਿਦਿਆਰਥੀਆਂ ਨੂੰ ਚੁਣੌਤੀਆਂ ਦਾ ਕਰਨਾ ਪਏਗਾ ਸਾਹਮਣਾ CBSE ਬੋਰਡ ਦੇ ਨਵੇਂ ਪ੍ਰੀਖਿਆ ਪੈਟਰਨ ਦਾ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਮਿਲੇਗਾ ਹਾਲਾਂਕਿ ਇਸ ਦੇ ਨਾਲ ਉਹਨਾਂ ਵਿਦਿਆਰਥੀਆਂ ਨੂੰ ਵੀ ਨੁਕਸਾਨ ਹੋਵੇਗਾ ਜੋ ਪ੍ਰੀਖਿਆ ਤੋਂ ਪਹਿਲਾਂ ਰਾਟੇਨ ਦੀ ਆਦਤ ਤੋਂ ਮਜਬੂਰ ਰਹਿੰਦੇ ਆਨਾ ਸੀਬੀਐਸਸੀ ਬੋਰਡ ਆ ਕਲਾਸ 11ਵੀਂ 12ਵੀਂ ਦੇ ਨਵੇਂ ਇਮਤਿਹਾਨ ਪੈਟਰਨ ਦੇ ਵਿੱਚ ਯੋਗਤਾ ਆਧਾਰਿਤ ਪ੍ਰਸ਼ਨਾਂ ਦੇ ਵਿੱਚ ਵਾਧਾ ਕੀਤਾ ਜਾਵੇਗਾ ਇਸ ਨਾਲ ਵਿਦਿਆਰਤਾਂ ਦੀ ਯਾਦ ਕਰਨ ਦੀ ਪ੍ਰਕਿਰਿਆ ਉੱਪਰ ਲਗਾਮ ਲਗਾਈ ਜਾ ਸਕਦੀ ਹੈ ਨਾਲ ਹੀ ਉਹਨਾਂ ਦੀ ਆलोਚਨਾत्मक ਸੋਚ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਦੇ ਵਿੱਚ ਸੁਧਾਰ ਹੋਵੇਗਾ ਤੇ ਆਦੇ ਨਾਲ ਉਹ ਅਸਲ ਜਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣਗੇ। ਲੋਕ ਸਭਾ ਚੋਣਾਂ 2024 ਨੂੰ ਲੈ ਕੇ ਮਿਡ ਡੇ ਮੀਲ ਦੇ ਵਰਕਰਾਂ ਨੂੰ ਵਿਸ਼ੇਸ਼ ਅਦੇਸ਼ਾਂ ਨਿਰਦੇਸ਼ ਕੀਤੇ ਜਾਰੀ। ਜ਼ਿਲ੍ਹਾ ਸਖਿਆ ਅਫਸਰ ਨੇ ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ 31 ਮਈ ਅਤੇ 1 ਜੂਨ ਨੂੰ ਨਿੱਜੀ ਅਤੇ ਸਰਕਾਰੀ ਸਕੂਲਾਂ ਨੇ ਬਹਤਿਆ। ਪੋਲੇੰਗਾ ਸਟਾਫ ਦੇ ਲਈ ਚਾਹ, ਨਾਸ਼ਤੇ ਅਤੇ ਖਾਣੇ ਦੇ ਪ੍ਰਬੰਧਾਂ ਸੰਬੰਧੀ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਬੂਥਾ ਲੈਵਲ ਅਫਸਰਾਂ ਨੂੰ ਅਤੇ ਸਾਰੇ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਅਦੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ ਹਕਮਨ ਦੇ ਵਿੱਚ ਕਿ ਲੋਕ ਸਭਾ ਚੋਣਾਂ ਦੇ 2024 ਦੇ ਦੌਰਾਨ ਪ੍ਰੀ ਪੋਲ ਵਾਲੇ ਦਿਨਾਂ ਤੇ ਚੋਣ ਵਾਲੇ ਦਿਨ ਸਕੂਲਾਂ ਦੇ ਵਿੱਚ ਡਿਊਟੀ ਤੇ ਤਨਖਤ ਪੋਲਿੰਗ ਸਟਾਫ ਨੂੰ ਮਿਡਡੇ ਮੀਲ ਵਰਕਰਾਂ ਦੇ ਵੱਲੋਂ ਚਾਹ ਨਾਸ਼ਤਾ ਭੋਜਨ ਸਪਲਾਈ ਕੀਤਾ ਜਾਣਾ ਹੈ ਇਥੇ ਸਪਸ਼ਟ ਕੀਤਾ ਗਿਆ ਕਿ ਸਰਕਾਰੀ ਸਕੂਲਾਂ ਵਿੱਚ ਮਿਡਡੇ ਮੀਲ ਦੇ ਅਨਾਜ ਅਤੇ ਵਸਤੂਆਂ ਦੇ ਭਾਰਤ ਤੋਂ ਨਹੀਂ ਕਿਤੇ ਆਵੇਗੀ ਜਿਨ੍ਹਾਂ ਸਕੂਲਾਂ ਦੇ ਵਿੱਚ ਪੋਲਿੰਗਾ ਬੂਥਾ ਬਣਾਏ ਗਏ ਹਨ ਤੇ ਉਨ੍ਹਾਂ ਸਕੂਲਾਂ ਦੇ ਮੈਡ ਡੇ ਮੀਲਾ ਵਰਕਰ ਪੋਲਿੰਗਾ ਬੂਥਾਂ ਤੇ ਆਪਣੀ ਹਾਜ਼ਰੀ ਜ਼ਕੀਨੀ ਬਣਾਉਣਗੇ ਚੋਣਾਂ ਦੌਰਾਨ ਜਿਹਾਸ ਕੁਕ ਕਾਮ ਹੈਲਪਰ ਦੇ ਡਿਊਟੀ ਲਗਾਈ ਗਿਆ ਅਸ ਸਕੂਲ ਦੇ ਵੱਲੋਂ ਕੁਕ ਕਾਮ ਹੈਲਪਰ ਦੇ ਡਿਊਟੀ ਆਡਰਾ ਬੱਕ ਵਿੱਚ ਨੋਟ ਕੀਤੇ ਆਵਗੇ ਪ੍ਰਾਈਵੇਟ ਥਾਮਾ ਤੇ ਵੀ ਸਰਕਾਰ ਦੇ ਸਕੂਲਾਂ ਤੋਂ ਕੀਤੀ ਆਵੇਗੀ ਸਪਲਾਈ ਕਾਜ਼ਾકિસ્તાਨ ਨਜਿਹਨ ਜੱਤੇ ਮਡਡੇ ਮੀਲਾ ਦੇ ਸੂਲਤਾ ਪਲਾਵਦ ਨਹੀਂ ਇਹਨਾਂ ਥਾਮਾਂ ਤੇ ਪੋਲਿੰਗਾ ਸਟਾਪ ਨੂੰ ਚਾਹ, ਨਾਸ਼ਤਾ, ਭੋਜਨ ਨਹੀਂ ਦੀ ਕੀ ਸਰਕਾਰੀ ਸਕੂਲ ਤੋਂ ਮੁਹੱਈਆ ਕਰਵਾਇਆ ਜਾਵੇਗਾ। ਅਗਲੀ ਖਬਰ ਕਿਰਵਾਲੋਂ ਧਮਕੀ ਦੇਣ ਵਾਲਾ ਸ਼ਖਸ ਗ੍ਰਫਤਾਰ ਸੀਸੀਟੀਵੀ ਕੈਮਰੇ ਦੇ ਬੱਚਾ ਹੋਇਆ ਕੈਦ ਦਾ ਕਦੇ ਸੀ ਵੱਡਾ ਫੈਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦਾ ਕਿਰਵਾਲੋਂ ਜਾਨ ਨੂੰ ਮਾਰਨ ਦੀ ਧਮਕੀ ਵਾਲੇ ਮੈਸਜ ਜਲ ਲੇਖਣ ਵਾਲੇ ਅੰਕਰ ਦਾ ਗੋਇਲ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ। ਅੱਜ ਦੇ ਨਾਲੇ ਮਲਜਮਾ ਸੀਸੀਟੀਵੀ ਕੈਮਰੇ ਬੱਚ ਵੀ ਕੈਦ ਹੋ ਗਿਆ ਸੀਸੀਟੀਵੀ ਫੁਟੇਜ ਬੱਚ ਇੱਕ 992 ਸਾਈਨ ਬੋੜਾ ਤੇ ਕੋਚ ਬੱਚ ਲਿਖਦੇ ਦੇਖਿਆ ਜਾ ਸਕਦਾ ਹੈ ਪੁਲਿਸ ਦੇ ਮੁਤਾਬਕ ਇਹ ਉਹੀ ਵਿਅਕਤੀ ਹੈ ਜਿਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਨਾਰੇ ਲਿਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ ਮੈਟਰੋ ਦੇ ਅੰਦਰਾਂ ਤੇ ਸਟੇਸ਼ਨਾਂ ਤੇ ਆਮ ਆਦਮੀ ਪਾਰਟੀ ਦੇ ਰਾਟਰੀ ਕਨਵੀਨਰ ਦੇ ਖਿਲਾਫ ਨਾਰੇ ਲਿਖ ਕੇ ਜਾਣ ਤੋਂ ਬਾਅਦ ਦਿੱਲੀ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਸੂਤਰਾਂ ਦੇ ਅਨੁਸਾਰ ਅੰਕਤ ਗੋਇਲਾ ਪਹਿਲਾ ਅਰਬੰਦਾ ਕੇਰੀਵਾਲ ਦਾ ਵੱਡਾ ਪ੍ਰਸ਼ੰਸ਼ਕ ਸੀ ਹਤੇ ਪਰ ਆਲਿਖ ਦੇ ਵਿੱਚ ਕੇਰੀਵਾਲ ਤੋਂ ਨਾਰਾਜ਼ ਹੋ ਕੇ ਉਹਨਾਂ ਦੇ ਖਿਲਾਫ ਨਾਰੇ ਲਿਖਣੇ ਸ਼ੁਰੂ ਕਰ ਦਿੱਤੇ ਨਹਿਰੀ ਪਾਣੀ ਖੇਤਾਂ ਤੱਕ ਦਾ ਮਾਵਾ ਪੈਣ ਨੂੰ ਮਿਲੇਗਾ ਜਲਦ ਹਜ਼ਾਰ ਹਜ਼ਾਰ ਰੁਪਏ ਮਹੀਨਾ ਭਗਵੰਤ ਮਾਨ ਜੋਨ ਪ੍ਰਚਾਰ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਕਤੂਬਰ ਮਹੀਨੇ ਤੱਕ ਪੰਜਾਬ ਦੇ ਖੇਤਾਂ ਵਿੱਚ 70% ਦੀ ਨਹਿਰੀ ਪਾਣੀ ਪਹੁੰਚਣ ਲੱਗ ਜਾਵੇਗਾ ਜਿਸ ਦੇ ਨਾਲ 6.5 ਲੱਖ ਟਿਊਬਵਲ ਪੰਜਾਬ ਦੇ ਵਿੱਚ ਬੰਦ ਹੋ ਜਾਣਗੇ ਸੂਬੇ ਦਾ 6 ਤੋਂ ਲੈ ਕੇ 7000 ਕਰੋੜ ਰੁਪਏ ਬਿਜਲੀ ਸਬਸਿਡੀ ਦਾ ਬਚੇਗਾ ਇਥੋਂ ਬਚਾਏਗੇ ਪੈਸੇ ਨੇ ਵਿੱਚੋਂ ਮਾਵਾ ਪੈਣਾ ਨੂੰ ਜਲਦ 1-1000 ਰੁਪਏ ਦਿੱਤੇ ਜਾਣਗੇ ਨਰੇਂਦਰ ਮੋਦੀ ਦੇ ਫੇਰੀ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਲਿਖੇ ਗਏ ਖਾਲਸਤਾਨੀ ਨਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੰਜਾਬ ਫੇਰੀ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਖਾਲਸਤਾਨੀ ਨਾਰੇ ਲਿਖੇ ਗਏ ਹਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ ਪੰਜਾਬ ਫੇਰੀ ਦੇ ਉੱਤੇ ਆ ਰਹੇ ਹਨ ਤੇ ਜਿਸ ਤਹਿਤ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਹੀ ਚੋਣ ਰੈਲੀ ਕਰਨੇ ਮੋਦੀ ਦੇ ਪਹਿਲੀ ਚੋਣ ਰੈਲੀ ਤੋਂ ਪਹਿਲਾਂ ਖਾਲਸਤਾਨੀ ਨਾਰੇ ਲਿਖੇ ਗਏ ਹਨ ਤੇ ਉਹਨਾਂ ਦਾ ਵਿਰੋਧਾ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਐਸਐਫ ਜੇ ਦੇ ਮੋਕੇ ਘਰਪਤਵੰਤਾ ਸੰਗਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਖਾਲਸਤਾਨੀ ਨਾਹਰੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਲਈ ਅਤੇ ਨਾਲੇ ਪੰਨੂ ਨੇ ਅੱਗੇ ਕਹਿ ਕੇ ਉਹਨਾਂ ਦੇ ਕਾਰਕੁਨਾਂ ਨੇ ਪਟਿਆਲਾ ਬੈਚਿਆ ਪ੍ਰਧਾਨ ਮੰਤਰੀ ਮੋਦੀ ਦੇ ਫੇਰੀ ਤੋਂ ਪਹਿਲਾਂ ਕਈ ਥਾਮੀ ਖਾਲਸਤਾਨੀ ਝੰਡੇ ਵੀ ਲਹਿਰਾ ਦਿੱਤੇ ਹਨ ਤੇ ਉਹਨਾਂ ਦਾ ਪੰਜਾਬ ਫੇਰੀ ਦੇ ਦੌਰਾਨ ਜਾਮ ਕੇ ਵਿਰੋਧ ਵੀ ਕੀਤਾ ਜਾਵੇਗਾ